हाई एवरीवन, दिस इज करिश्मा फ्रॉम कैंट पंजाब दे। इस वेले मेरे नाल मौजूद ने कुलचे छोले दे कैप्टन ऑफ द शिप सिमरनजीत हुंदल जी। सो सब तो पहले तो सत श्री अकाल जी। सत श्री अकाल जी। सत श्री अकाल। इस पासे मेरे नाल मौजूद ने दीदार गिल जी, तो उन्हां दा भी वेलकम कर दिया। सत श्री अकाल। सत श्री अकाल जी। धन्यवाद तुहाडा मारे कैंट पंजाब वालियां दा, तुसीं अपना कीमती समां दे रहे सानूं। ਤਾਂ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਪੁੱਛਣਾ ਹੈ ਕਿ ਜਿੰਨੀ ਕੁ ਮੁਸ਼ਕਤ ਇੱਥੇ ਕਰਨੀ ਪਈ ਹੈ ਤੁਹਾਨੂੰ ਸਾਰਿਆਂ ਨੂੰ ਸਾਇਲੈਂਟ ਕਰਾਉਣ ਦੇ ਲਈ, ਇੰਨੀ ਕੁ ਮੁਸ਼ਕਤ ਸੈੱਟ 'ਤੇ ਵੀ ਲੱਗਦੀ ਸੀ? ਸੈੱਟ 'ਤੇ ਵੀ ਇਹ ਲੱਗਦੀ ਹੈ, ਕਿਉਂਕਿ ਸਾਇਲੈਂਟ ਤੁਹਾਨੂੰ ਸੀਨ ਤੋਂ ਪਹਿਲਾਂ ਕਹਿਣਾ ਹੀ ਪੈਂਦਾ। ਇੱਥੇ ਤਾਂ ਸੁਣ ਹੀ ਨਹੀਂ ਰਹੇ ਸੀ ਨਾ, ਮੈਂ ਤਾਂ ਕਰਕੇ ਪੁੱਛ ਰਹੀ ਹਾਂ ਵੀ ਕਿੰਨੀ ਕੁ ਮਿਹਨਤ ਉੱਥੇ ਲੱਗੀ। ਉੱਥੇ ਬਹੁਤ ਲੱਗ ਜਾਂਦੀ, ਕਿਸੇ ਵੇਲੇ ਫਿਰ ਥੋੜ੍ਹਾ ਜਿਹਾ ਸੁਰ ਚੱਕਣਾ ਪੈਂਦਾ, ਬਾਕੀ ਤਾਂ ਠੀਕ ਹੀ ਕੰਮ। ਫਿਰ ਅੰਦਰਲਾ ਪੰਜਾਬੀ ਬਾਹਰ ਆਉਂਦਾ? ਨਹੀਂ ਨਹੀਂ, ਉੱਦਾਂ ਦਾ ਨਹੀਂ, ਆਪਣਾ ਕੰਮ ਕੂਲ ਆ, ਕਿਉਂਕਿ ਫੈਮਿਲੀ ਵਾਂਗੂ ਹੀ ਸਾਰੇ ਹੋ ਜਾਂਦੇ ਆ ਆਲਮੋਸਟ, ਜਾਣਦੇ ਵੀ ਸਾਰੇ ਫੈਮਿਲੀ ਵਾਂਗੂ, ਮਾਹੌਲ ਬਣ ਗਿਆ ਸੀ। ਤੋ ਫਿਰ ਕਹਿੰਦੇ ਨੇ ਜਦੋਂ ਇੱਦਾਂ ਹੋ ਜਾਏ ਫਿਰ ਅੱਖ ਦਾ ਇਸ਼ਾਰਾ ਸਮਝ ਜਾਂਦੇ। ਤਾਂ ਮੈਂ ਇੱਕ ਚੀਜ਼ ਜ਼ਰੂਰ ਪੁੱਛਣਾ ਚਾਹੁੰਦੀ ਹਾਂ ਕਿ ਕੁਲਚੇ ਛੋਲੇ ਚੁਰ ਚੁਰ ਲਵ ਸਟੋਰੀ, ਵੈਸੇ ਤਾਂ ਮੈਂ ਲੀਡ ਕਾਸਟ ਦੇ ਨਾਲ ਜਦੋਂ ਗੱਲ ਕੀਤੀ ਆ, ਹੈ ਨਾ, ਉਹਨਾਂ ਨੇ ਮੈਨੂੰ ਜ਼ਰੂਰ ਦੱਸ ਹੀ ਦਿੱਤਾ ਵੀ ਉਹ ਤਾਂ ਹੁਣ ਜਦੋਂ ਫਿਲਮ ਆਏਗੀ ਉਦੋਂ ਹੀ ਰਿਵੀਲ ਹੋਏਗਾ, ਬਟ ਕੀ ਕਰਾਰਾਪਨ ਹੈਗਾ ਇਸ ਕਰਕੇ ਇਸ ਦਾ ਨਾਮ ਰੱਖਿਆ ਗਿਆ। ਬਟ ਮੈਂ ਜ਼ਰੂਰ ਪੁੱਛਣਾ ਚਾਹੁੰਦੀ ਹਾਂ ਕਿ ਬਈ ਤੁਸੀਂ ਜਿੰਨੀਆਂ ਪਾਸਟ ਦੇ ਵਿੱਚ ਫਿਲਮਾਂ ਕੀਤੀਆਂ ਨੇ ਉਹ ਬਹੁਤ ਜ਼ਿਆਦਾ ਡਿਫਰੈਂਟ ਜੋਨਰ ਰਿਹਾ ਹੈ ਨਾ, ਔਰ ਇਹ ਵਾਲਾ ਰੋਮਾਂਟਿਕ ਕਾਮੇਡੀ ਹੈ, ਤਾਂ ਕਿਉਂਕਿ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੇ ਡਾਇਰੈਕਟਰਸ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਕਿ ਆਪਾਂ ਜਾਣਦੇ ਹੁੰਦੇ ਹਾਂ ਕਿ ਬਈ ਇਹ ਇਸ ਤਰੀਕੇ ਦਾ ਸਿਨੇਮਾ ਬਣਾਉਂਦੇ ਨੇ, ਇਹ ਇਸ ਤਰੀਕੇ ਦਾ ਸਿਨੇਮਾ ਬਣਾਉਂਦੇ ਨੇ, ਬਟ ਤੁਹਾਡੇ ਚੋਇਸ ਆਫ ਫਿਲਮਸ ਬਹੁਤ ਜ਼ਿਆਦਾ ਡਿਫਰੈਂਟ ਡਿਫਰੈਂਟ ਰਹੀ ਹੈ, ਉਸਦਾ ਕੋਈ ਖਾਸ ਰੀਜ਼ਨ? ਰੀਜ਼ਨ ਇਹ ਆ ਕਿ ਮਤਲਬ ਮੈਂ ਨਹੀਂ ਚਾਹੁੰਦਾ ਕਿ ਮੈਂ ਆਪਣੇ ਜੀਵਨ ਦੇ ਵਿੱਚ ਇੱਕੋ ਹੀ ਤਰ੍ਹਾਂ ਦੀਆਂ ਫਿਲਮਾਂ ਬਣਾਵਾਂ। ਫਿਰ ਦੂਜੀ ਆ, ਰੱਬ ਨੇ ਇੱਕ ਕੁਛ ਜਿਹੜਾ ਦਿਮਾਗ ਦੇ ਵਿੱਚ ਬਖਸ਼ਿਆ ਹੋਇਆ ਵਾ, ਉਹ ਸਾਨੂੰ ਫੁਰਨੇ ਦੇ ਦਿੰਦਾ, ਠੌੜ ਦੇ ਦਿੰਦਾ, ਕਹਾਣੀਆਂ ਦਿੰਦਾ। ਜੇ ਉਹ ਸਾਨੂੰ ਕਹਾਣੀਆਂ ਅਲੱਗ ਅਲੱਗ ਦੇ ਰਿਹਾ ਵਾ ਦਿਮਾਗ ਦੇ ਵਿੱਚ, ਸਾਡੇ ਆਲੇ ਦੁਆਲੇ ਜੋ ਹੁੰਦਾ ਉਹਦੇ 'ਚੋਂ ਹੀ ਕਹਾਣੀਆਂ ਹੁੰਦੀਆਂ। ਜੇ ਸਾਨੂੰ ਕਹਾਣੀਆਂ ਸਾਡੇ ਕੋਲ ਅਲੱਗ ਅਲੱਗ ਹੈਗੀਆਂ ਤਾਂ ਆਪਾਂ ਨੂੰ ਅਲੱਗ ਅਲੱਗ ਕਹਾਣੀਆਂ 'ਤੇ ਹੀ ਫਿਲਮਾਂ ਬਣਾਉਣੀਆਂ ਚਾਹੀਦੀਆਂ। ਅਤੇ ਥੋੜ੍ਹਾ ਜਿਹਾ ਮੈਂ ਮਤਲਬ ਇਸ ਮਾਮਲੇ 'ਚ ਰਿਸਕ ਲੈ ਲੈਂਦਾ, ਅਤੇ ਮਤਲਬ ਮੈਂ ਜਿੱਦਾਂ ਡਰਦਾ ਨਹੀਂ ਆ ਮਤਲਬ ਕੀ ਹੋਊਗਾ ਮੈਂ ਕਰੂੰਗਾ। ਅਤੇ ਇੱਕ ਫਿਲਮ ਮੇਕਰ ਜਿਹੜਾ ਹੈਗਾ ਉਹ ਮੈਨੂੰ ਲੱਗਦਾ ਹਰ ਤਰ੍ਹਾਂ ਦੀ ਫਿਲਮ ਬਣਾ ਸਕਦਾ, ਔਰ ਉਹ ਦਿਮਾਗ ਦੇ ਵਿੱਚ ਨਹੀਂ ਬਣਾਉਣਾ ਚਾਹੀਦਾ ਕਿ ਮੈਂ ਇਸ ਤਰ੍ਹਾਂ ਦੀ ਬਣਾਊਂਗਾ। ਯੈਸ, ਸੋ ਦੀਦਾਰ ਜੀ ਤੁਹਾਡਾ ਕੰਟਰੀਬਿਊਸ਼ਨ ਕੀ ਹੈਗਾ, ਮਤਲਬ ਕਿ ਤੁਸੀਂ ਇਸ ਫਿਲਮ ਦੇ ਵਿੱਚ ਆਪਣੇ ਕੈਰੇਕਟਰ ਬਾਰੇ ਥੋੜ੍ਹਾ ਜਿਹਾ ਦੱਸੋ ਸਾਨੂੰ। ਮੈਂ ਬੜਾ ਗਰੀਬ ਜਿਹਾ ਕੈਰੇਕਟਰ ਆ ਮੇਰਾ ਫਿਲਮ 'ਚ, ਇੱਕ ਰਿਕਸ਼ੇ ਵਾਲੇ ਦਾ ਕਦੀ ਹੀਰੋਨ ਨੂੰ ਛੱਡਿਆ, ਕਦੀ ਹੀਰੋ ਨੂੰ ਛੱਡਿਆ, ਫਿਰ ਪੈਸੇ ਨਹੀਂ ਮੇਰੇ ਪੂਰੇ ਦਿੰਦੇ, ਲੜਾਈ ਝਗੜਾ ਉਹਨਾਂ ਨਾਲ ਚੱਲਦਾ। ਮਤਲਬ ਬੜਾ ਫਨੀ ਕਰੈਕਟਰ ਹੈ ਮੇਰਾ, ਐਂਡ ਉਹ ਜਦੋਂ ਤੁਸੀਂ ਵੇਖੋਗੇ ਮੂਵੀ ਐਂਡ ਪ੍ਰੋਪਰ ਲੱਗੂਗਾ ਵੀ ਇਹ ਕਰੈਕਟਰ ਬਣਾਇਆ ਨਹੀਂ ਗਿਆ, ਐਕਚੁਅਲ 'ਚ ਉਹ ਉੱਦਾਂ ਹੀ ਢਾਲਿਆ ਗਿਆ ਉਹਦੇ ਵਿੱਚ, ਵੀ ਬਹੁਤ ਵਰਕ ਕੀਤਾ ਗਿਆ ਇਕੱਲੇ ਇਕੱਲੇ ਕਰੈਕਟਰ 'ਤੇ। ਸੋ ਪਸੰਦ ਆਊਗਾ ਤੁਹਾਨੂੰ ਸਾਰਿਆਂ ਨੂੰ। ਵੈਸੇ ਤਾਂ ਬੜਾ ਹੀ ਜ਼ਿਆਦਾ ਕਲੀਸ਼ੇ ਜਿਹਾ ਸਵਾਲ ਹੈਗਾ, ਬਟ ਤੁਹਾਨੂੰ ਇਸ ਫਿਲਮ ਦੇ ਵਿੱਚ ਯੂ ਨੋ ਇੱਕ ਚੀਜ਼ ਹੁੰਦੀ ਹੈ ਵੀ ਜਦੋਂ ਤੁਸੀਂ ਇੱਕ ਫਿਲਮ ਦੀ ਸਕ੍ਰਿਪਟ ਸੁਣਦੇ ਹੋ ਤਾਂ ਤੁਹਾਡਾ ਦਿਲ ਹੁੰਦਾ ਵੀ ਇਹ ਮੈਂ ਕਰਨੀ ਹੈ ਜਾਂ ਫਿਰ ਨਹੀਂ ਕਰਨੀ, ਤਾਂ ਇਸ ਫਿਲਮ ਦੇ ਵਿੱਚ ਕੀ ਚੀਜ਼ ਇੱਕ ਸੀਗੀ ਕਿ ਵੀ ਤੁਹਾਨੂੰ ਲੱਗਿਆ ਕਿ ਨਹੀਂ ਯਾਰ ਕਰਨਾ ਤਾਂ ਬਣਦਾ ਹੈ? ਉਹ ਕਰੈਕਟਰ ਦਾ ਨਾਂ ਹੈਗਾ ਬੂਟੀ ਰਿਕਸ਼ੇ ਵਾਲਾ, ਉਹ ਜਦੋਂ ਉਹਦਾ ਇੱਕ ਹੀ ਲਾਈਨ ਇਹਨਾਂ ਨੇ ਹੁੰਦਲ ਸਾਹਿਬ ਨੇ ਮੈਨੂੰ ਦੱਸੀ ਸੀਗੀ ਅਤੇ ਉਹ ਕਲੀਅਰ ਸੀਗਾ ਮੈਂ ਭਾਅ ਜੀ ਡਨ ਆ ਕਰੈਕਟਰ, ਵੀ ਉਹ ਜਦੋਂ ਜਦੋਂ ਜਿੱਥੇ ਜਿੱਥੇ ਆਉਂਦਾ ਉਹਦਾ ਆਪਦਾ ਹੀ ਇੱਕ ਝੰਜੂ ਝੂਣਾ ਸਾਰੀ ਫਿਲਮ 'ਚ, ਪਤਾ ਨਹੀਂ ਕੀ ਉਹਦੇ ਰੋਣੇ ਕਰਲਾਉਣੇ ਅੰਦਰ ਅੰਦਰ, ਸੜੀ ਜਾਂਦਾ ਭੁੱਜੀ ਜਾਂਦਾ ਵਾ, ਲਾਈਕ ਵਧੀਆ ਆ ਉਹਦਾ ਕਰੈਕਟਰ, ਬਹੁਤ ਫਨੀ ਆ, ਪਸੰਦ ਆਊਗਾ ਤੁਹਾਨੂੰ ਸਾਰਿਆਂ ਨੂੰ। ਡੈਫੀਨੇਟਲੀ। ਅਤੇ ਸਿਮਰਨ ਜੀ ਮੈਂ ਜ਼ਰੂਰ ਪੁੱਛਣਾ ਚਾਹੁੰਦੀ ਹਾਂ ਕਿ ਬਈ ਆਪਾਂ ਦੇਖਦੇ ਹਾਂ ਕਿ ਬਹੁਤ ਜ਼ਿਆਦਾ ਇਹ ਚੀਜ਼ ਹੋ ਗਈ ਹੈ ਕਿ ਉਹੀ ਸਟਾਰ ਕਾਸਟ ਰਿਪੀਟ ਹੁੰਦੀ ਆ, ਬਟ ਆਪਣੀ ਇਹ ਜਿਹੜੀ ਫਿਲਮ ਹੈਗੀ ਆ ਕੁਲਚੇ ਛੋਲੇ, ਇਸ ਦੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਇਹੀ ਹੈਗੀ ਆ ਕਿ ਵੀ ਦੋਨੋਂ ਡੈਬਿਊਟਾਂਟ ਨੇ ਐਂਡ ਇਸ ਤੋਂ ਇਲਾਵਾ ਬਿਲਕੁਲ ਫਰੈਸ਼ ਪੇਅਰ ਹੈਗਾ, ਤਾਂ ਉਸਦੇ ਪਿੱਛੇ ਦਾ ਖਾਸ ਕੋਈ ਰੀਜ਼ਨ ਕਿ ਵੀ ਤੁਸੀਂ ਜੰਨਤ ਜ਼ੁਬੈਰ ਨੂੰ ਲਿੱਤਾ ਐਂਡ ਦਿਲਰਾਜ ਦੋਨਾਂ ਨੂੰ, ਕਿਉਂ ਤੁਹਾਡੀ ਚੋਇਸ ਬਣੇ ਹੋ? ਇਹ ਗੱਲ ਤਾਂ ਬਣੀ, ਪਤਾ ਕਿ ਸਭ ਤੋਂ ਪਹਿਲੀ ਗੱਲ ਆ ਕਿ ਇਸ ਲੈਵਲ ਤੱਕ ਇੱਕ ਪ੍ਰੋਡਿਊਸਰ ਦਾ ਹੋਣਾ ਬਹੁਤ ਜ਼ਰੂਰੀ ਆ, ਇਹ ਮੇਰੇ ਕਹਿਣ 'ਤੇ ਤਾਂ ਕਿਸੇ ਨੂੰ ਨਵੇਂ ਨੂੰ ਲੈਣਗੇ ਨਹੀਂ। ਤੋ ਕਹਾਣੀ ਜਦੋਂ ਸੁਣਾਈ ਫਿਰ ਮਤਲਬ ਦਰਾਜ ਨੂੰ ਚੁਣਿਆ ਗਿਆ, ਫਿਰ ਜੰਨਤ ਦਾ ਹੋਰ ਨਹੀਂ ਵੀ ਹੀਰੋ ਨਾਲ ਹੋਰਾਂ ਨਾਲ ਗੱਲ ਨਹੀਂ ਹੋਈ, ਮਤਲਬ ਬਹੁਤ ਸਾਰਾ ਇਹ ਲਾ ਲਓ ਕਿ ਪੰਜਾਬ ਦੇ ਵਿੱਚ ਕੀ ਹੁੰਦਾ ਕਿ ਹੀਰੋ ਕੌਣ ਆ, ਹੀਰੋਇਨ ਜੇ ਇੱਕ ਫਿਲਮ ਕਰ ਲਏ ਤਾਂ ਇਹ ਸਵਾਲ ਪੁੱਛਣਾ ਸ਼ੁਰੂ ਕਰ ਦਿੰਦੀ ਹੈ। ਮੈਂ ਤਾਂ ਤੁਹਾਡੇ ਚੈਨਲ 'ਤੇ ਕਹਿਣਾ ਚਾਹੁੰਦਾ ਕਿ ਮੇਰੇ ਕੋਲ ਅੱਜ ਤੱਕ ਨਾ ਬਹੁਤ ਘੱਟ ਹੀਰੋਇਨਾਂ ਹੈਗੀਆਂ ਜਿਨ੍ਹਾਂ ਇਹ ਪੁੱਛਿਆ ਕਹਾਣੀ ਕੀ ਆ, ਅਤੇ ਜਿੱਦਣ ਕਹਾਣੀ ਪੁੱਛਣ ਲੱਗ ਪਈ ਮੈਨੂੰ ਲੱਗਦਾ ਵੀ ਉੱਦਣ ਜੀਵਨ ਦੇ ਵਿੱਚ ਫਿਲਮਾਂ ਦੀ ਕਮੀ ਨਹੀਂ ਰਹਿਣੀ। ਅਤੇ ਜਿੱਦਾਂ ਮਤਲਬ ਇੱਕ ਆਰਟਿਸਟ ਨੂੰ ਪਹਿਲਾਂ
ਪਹਿਲਾਂ ਦੇ ਜਿਹੜੇ ਆਰਟਿਸਟ ਹੈ, ਜਿੰਨੇ ਆਰਟਿਸਟ ਹੈ ਜਿਨ੍ਹਾਂ ਨਾਲ ਕੰਮ ਕੀਤਾ, ਗੁੱਗੂ ਭਾਈ ਨਾਲ, ਜੋਗਰਾਜ ਭਾਈ ਨਾਲ, ਸਰਦਾਰ ਸੋਈ ਸਾਹਿਬ ਨਾਲ, ਮੰਝੇ ਹੋਏ ਐਕਟਰ ਆ, ਉਹਨਾਂ ਨੇ ਕਦੇ ਵੀ ਕੋਈ ਇੱਦਾਂ ਦੇ ਸਵਾਲ ਨਹੀਂ ਕੀਤੇ, ਉਹਨਾਂ ਨੇ ਕਿਹਾ ਕਹਾਣੀ ਕੀ ਆ। ਅਤੇ ਮਤਲਬ ਮੈਂ ਪਹਿਲਾਂ ਵੀ ਜਿੱਦਾਂ ਸਿੱਪੀ ਗਿੱਲ ਨੂੰ ਲਾਂਚ ਕੀਤਾ ਹੋਇਆ, ਈਸ਼ਾ ਰੇਖੀ ਨੂੰ ਕੀਤਾ ਹੋਇਆ, ਬਹੁਤ ਸਾਰੇ ਹੋਰ ਕਲਾਕਾਰਾਂ ਨੂੰ ਵੀ ਕੀਤਾ, ਮੈਨੂੰ ਡਰ ਨਹੀਂ ਲੱਗਦਾ ਵੀ ਕੀ ਹੋਊਗਾ ਕਿ ਮੇਰੇ ਨਵੇਂ ਬੰਦਿਆਂ ਨਾਲ ਇੱਦਾਂ ਨਹੀਂ ਹੁੰਦਾ। ਮੈਨੂੰ ਲੱਗਦਾ ਕਿ ਮੇਰੀ ਕਹਾਣੀ ਨੂੰ ਇਹ ਬੰਦੇ ਫਿੱਟ ਆ ਕਿ ਨਹੀਂ ਫਿੱਟ। ਹੁਣ ਜੰਨਤ ਨੇ ਐਵੇਂ ਆਖੀਏ ਮਿਹਨਤ ਕੀਤੀ ਆ, ਉਹਨੇ ਪੰਜਾਬੀ ਸਿੱਖੀ ਆ, ਉਹਨੇ ਇੱਥੋਂ ਤੱਕ ਕਿਹਾ ਕਿ ਜਦੋਂ ਤੱਕ ਤੁਹਾਨੂੰ ਸਵਾਦ ਨਾ ਆਵੇ ਉਦੋਂ ਤੱਕ ਜਿੰਨੀ ਵਾਰਾ ਮਰਜ਼ੀ ਕਰਾ ਲਓ। ਇਹ ਦਿਦਾਰ ਜੀ ਵੀ ਨਾਲ ਹੁੰਦੇ ਸੀ, ਉਹ ਕੁੜੀ ਦੀ ਪਿੱਠ ਸੁਣਦੀ ਆ, ਉਹਨੇ ਮਤਲਬ ਇੱਕ ਵਾਰਾਂ ਵੀ ਕੋਈ ਇੰਨੇ ਜ਼ਿਆਦਾ ਉਹਦੇ ਫੋਲੋਅਰ ਆ, ਇੰਨੇ ਲੋਕ ਉਹਨੂੰ ਪਿਆਰ ਕਰਦੇ, ਇੱਕ ਵੀ ਉਹ 'ਚ ਟੈਂਟਰਮ ਨਹੀਂ, ਉਹਨੇ ਕੋਈ ਫਾਲਤੂ ਕੋਈ ਗੱਲ ਨਹੀਂ ਕੀਤੀ। ਐ ਬਹੁਤ ਵਧੀਆ ਕੰਮ ਕੀਤਾ, ਮਜ਼ਾ ਆਇਆ ਡੈਫੀਨੇਟਲੀ। ਅਤੇ ਸਿਮਰਨ ਜੀ, ਜਿਵੇਂ ਕਿ ਤੁਸੀਂ ਗੱਲ ਕਰ ਰਹੇ ਹੋ, ਹੈ ਨਾ, ਕਿ ਵੀ ਅੱਜ ਕੱਲ੍ਹ ਲੋਕਾਂ ਮਤਲਬ ਜਿੰਨੀਆਂ ਐਕਟ੍ਰੈਸਿਸ ਤੁਹਾਡੇ ਕੋਲ ਆਉਂਦੀਆਂ ਨੇ ਉਹਨਾਂ ਦਾ ਇਹੀ ਰਹਿੰਦਾ ਵੀ ਕਰ ਲੈਣੀ ਹੈ ਨਾ, ਸਕ੍ਰਿਪਟ ਬਾਰੇ ਬਹੁਤ ਘੱਟ ਪੁੱਛਦੇ ਆ, ਤਾਂ ਇਸੇ ਤੋਂ ਰਿਲੇਟਡ ਮੈਂ ਇੱਕ ਚੀਜ਼ ਇਹ ਵੀ ਪੁੱਛਣਾ ਚਾਹੁੰਦੀ ਹਾਂ ਕਿ ਇਸਦਾ ਮਤਲਬ ਇਹ ਹੁੰਦਾ ਵੀ ਲੋਕ ਸ਼ਾਇਦ ਆਰਟ ਤੋਂ ਇਲਾਵਾ ਕਿਸੇ ਹੋਰ ਹੀ ਚੀਜ਼ ਵੱਲ ਭੱਜ ਰਹੇ ਨੇ, ਹੈ ਨਾ, ਹੈ ਨਾ, ਜਿਸਦੇ ਕਿ ਕਰਕੇ ਆਪਾਂ ਇਹ ਵੀ ਦੇਖ ਰਹੇ ਹਾਂ ਕਿ ਉਹ ਬਹੁਤ ਜ਼ਿਆਦਾ ਓਵਰ ਐਕਸਪੋਜ਼ਰ ਹੋ ਰਿਹਾ, ਮਤਲਬ ਕਿ ਬੈਕ ਟੂ ਬੈਕ ਫਿਲਮਾਂ ਆ ਰਹੀਆਂ ਨੇ, ਕਈ ਜੇ ਸਿੰਗਰਸ ਹੈਗੇ ਆ ਉਹਨਾਂ ਦੇ ਗਾਣੇ ਵੀ ਆ ਰਹੇ ਨੇ, ਤਾਂ ਤੁਸੀਂ ਇਸ ਚੀਜ਼ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਦੇਖੋ, ਇੱਕ ਮੈਨੂੰ ਲੱਗਦਾ ਕਿ ਕਲਾਕਾਰ ਦੇ ਅੰਦਰ ਇਹ ਡਰ ਨਹੀਂ ਹੋਣਾ ਚਾਹੀਦਾ ਕਿ ਪਤਾ ਨਹੀਂ ਮੈਂ ਐਸੇ ਸਾਲ ਹੀ ਚੱਲਣਾ ਅਤੇ ਮੁੜ ਕੇ ਘਰ ਮੇਰਾ ਕੰਮ ਹੀ ਨਹੀਂ ਚੱਲਣਾ। ਇਹ ਡਰ ਕੱਢ ਦੇਣਾ ਚਾਹੀਦਾ, ਕਿਉਂਕਿ ਇਹ ਸਾਰੀਆਂ ਚੀਜ਼ਾਂ ਪਰਮਾਤਮਾ ਨੇ ਤੁਹਾਨੂੰ ਜੇ ਹੁਨਰ ਦਿੱਤਾ ਵਾ, ਤੁਹਾਨੂੰ ਨਵਾਜਿਆ ਵਾ, ਐਵੇਂ ਨਹੀਂ ਨਵਾਜਿਆ, ਤੁਹਾਡੇ 'ਤੇ ਮੋਹਰ ਲੱਗੀ ਆ ਉਹਦੇ ਵੱਲੋਂ ਹੀ, ਅਤੇ ਤੁਹਾਡਾ ਇਹ ਡਰ ਜਿਹੜਾ ਉਹ ਜਾਇਜ਼ ਨਹੀਂ ਹੈਗਾ। ਇਹ ਜਿਹਨੂੰ ਉਹਨੇ ਸਟਾਰ ਬਣਾਈ ਰੱਖਣਾ ਉਹਨੂੰ ਬਣਾਈ ਰੱਖਣਾ, ਜਿਹਨੂੰ ਨਹੀਂ ਬਣਾਉਣਾ ਉਹ ਭਾਵੇਂ ਜੋ ਮਰਜ਼ੀ ਕਰ ਲਏ, ਉਹਨੇ ਨਹੀਂ ਗੱਲ ਬਣਨੀ। ਔਰ ਦੂਜੀ ਗੱਲ ਜਿਹੜੀ ਰਹੀ ਸਿਨੇਮਾ ਦੀ, ਸਿਨੇਮਾ ਦੇ ਪ੍ਰਤੀ ਪਹਿਲਾਂ ਤਾਂ ਇੱਕ ਇੱਜ਼ਤ ਹੋਣੀ ਚਾਹੀਦੀ ਹੈ, ਦੂਜੀ ਗੱਲ ਇਹ ਹੋਣੀ ਚਾਹੀਦੀ ਹੈ ਕਿ ਇੱਕ ਚੰਗਾ ਕਲਾਕਾਰ, ਪਹਿਲਾਂ ਨਾ ਅਸੀਂ ਛੋਟੇ ਹੁੰਦੇ ਸੀ ਅਤੇ ਪਤਾ ਨਹੀਂ ਕਿਹੜੀ ਅਖਬਾਰ ਆਉਂਦੀ ਸੀ, ਉੱਤੇ ਲਿਖਿਆ ਹੁੰਦਾ ਸੀ ਫਿਲਮੀ ਸਿਤਾਰੇ। ਉਹ ਫਿਲਮੀ ਸਿਤਾਰੇ ਕਿਉਂ ਸੀ ਕਿ ਉਹ ਲੋਕਾਂ ਦੀ ਪਹੁੰਚ ਤੋਂ ਦੂਰ ਸੀ, ਮਤਲਬ ਈਜ਼ੀ ਅਵੇਲੇਬਿਲਟੀ ਨਹੀਂ ਸੀ, ਠੀਕ ਹੈ, ਕਿ ਮਤਲਬ ਹੁਣ ਜਿੱਦਾਂ ਇੱਕ ਕੋਈ ਸਟਾਰ ਹੈ ਉਹਦੀ ਸਾਲ ਬਾਅਦ ਫਿਲਮ ਆਉਂਦੀ ਹੈ, ਲੋਕ ਵੇਟ ਕਰਦੇ ਆ ਅਤੇ ਉਹ ਮਤਲਬ ਲੈਣਾ ਲੱਗ ਜਾਂਦੀਆਂ, ਅਤੇ ਕਈ ਸਾਲ ਦੀਆਂ ਦੋ ਫਿਲਮਾਂ ਕਰਦੇ ਨੇ, ਬਹੁਤ ਲੋਕ ਵੇਟ ਕਰਦੇ ਆ, ਬੜਾ ਅੱਛਾ, ਕਿਸੇ ਵੇਲੇ ਲੋਕ ਚੰਗੀ ਫਿਲਮ ਸਮਝਦੇ, ਕਈ ਮਾੜੀ ਸਮਝਦੇ, ਲੇਕਿਨ ਇੱਕ ਵਾਰ ਜਾ ਵੜਦੇ ਨੇ ਵੀ ਇਹ ਗੱਲ ਹੁੰਦੀ। ਹੁਣ ਮੰਨ ਲਓ ਮੈਂ ਹੀ, ਮੰਨ ਲਓ ਮੈਂ ਕੋਈ ਕਲਾਕਾਰ ਹਾਂ, ਜਾਂ ਮੈਂ ਹੀ ਸਾਲ ਦੇ ਵਿੱਚ ਮੇਰੀਆਂ ਹੀ 10 ਫਿਲਮਾਂ ਆਉਣਗੀਆਂ, ਅਤੇ ਉਹ ਜਿਹੜਾ ਇੱਕ ਕਰਿਓਸਟੀ ਹੁੰਦੀ ਨਾ, ਇੱਕ ਮਤਲਬ ਵੀ ਉਹ ਖਤਮ ਹੋ ਜਾਂਦੀ ਆ। ਮੈਨੂੰ ਇੱਦਾਂ ਲੱਗਦਾ ਕਿ ਕਿਸੇ ਨੂੰ ਰੋਜ਼ ਮੁਰਗਾ ਖਵਾਓਗੇ ਤਾਂ ਵੀ ਉਹਦਾ ਮਨ ਚੁੱਕਿਆ ਜਾਣਾ, ਤਾਂ ਕਿਸੇ ਨੂੰ ਰੋਜ਼ ਦਾਲ ਖਵਾਓਗੇ ਤਾਂ ਵੀ ਉਹਦਾ ਮਨ ਚੁੱਕਿਆ ਜਾਣਾ। ਜਿਵੇਂ ਖਾਣਾ ਰੋਜ਼ ਅਲੱਗ ਅਲੱਗ ਖਾ ਰਹੇ ਹਾਂ, ਅਤੇ ਇੱਕ ਬੰਦੇ ਦੀ ਹਰ ਮਹੀਨੇ ਫਿਲਮ ਕਿਵੇਂ ਦੇਖ ਲਾਂਗੇ, ਇਹ ਵੀ ਬਹੁਤ ਵੱਡੀ ਗੱਲ ਹੈ। ਬਿਲਕੁਲ। ਅਤੇ ਦਿਦਾਰ ਜੀ, ਹੁਣ ਟਾਕਿੰਗ ਅਬਾਊਟ ਦੀ ਫਿਲਮ ਵੰਸ ਅਗੇਨ, ਅਤੇ ਮੈਂ ਜ਼ਰੂਰ ਪੁੱਛਣਾ ਚਾਹੁੰਦੀ ਹਾਂ ਕਿ ਤੁਹਾਡਾ ਐਕਸਪੀਰੀਅੰਸ ਸਿਮਰਨ ਜੀ ਦੇ ਨਾਲ ਕਿਹੋ ਜਿਹਾ ਰਿਹਾ, ਮਤਲਬ ਕਿ ਕੋਈ ਇੱਕ ਲਰਨਿੰਗ ਜਿਹੜੀ ਕਿ ਤੁਸੀਂ ਬਹੁਤ ਸਾਰੇ ਡਾਇਰੈਕਟਰਸ ਦੇ ਨਾਲ ਕੰਮ ਕਰਦੇ ਹੋ, ਹੈ ਨਾ, ਬਟ ਇਹਨਾਂ ਦੇ ਨਾਲ ਕੰਮ ਕਰਕੇ ਤੁਸੀਂ ਇੱਕ ਨਵੀਂ ਚੀਜ਼ ਜਿਹੜੀ ਹੈਗੀ ਹੈ ਕਿ ਵੀ ਯਾਰ ਇਹ ਵੀ ਸਟਾਈਲ ਹੁੰਦਾ ਕੰਮ ਦਾ? ਇਹ ਆਮ ਜ਼ਿੰਦਗੀ 'ਚ ਮੇਰੇ ਬੜੇ ਅੱਛੇ ਦੋਸਤ ਨੇ ਹੁੰਦਲ ਸਾਹਿਬ, ਐਂਡ ਇਹਨਾਂ ਦੇ ਨਾਲੇ ਮੇਰੀ ਫਸਟ ਫਿਲਮ ਨਹੀਂ ਹੈਗੀ, ਇੱਕ ਹੋਰ ਕੀਤੀ ਹੋਈ ਮੈਂ ਔਲਰੇਡੀ, ਉਹ ਸਾਡੀ ਰਿਲੀਜ਼ ਹੋਣੀ ਹੈ ਫਿਲਮ, ਉਹ ਵੀ ਉਹ ਸਿੰਘੇ ਦੀ ਆ, ਉਹਦਾ ਟਾਈਟਲ ਅਜੇ ਹੋ ਸਕਦਾ ਚੇਂਜ ਹੋ ਜਾਏ, ਲਾਈਕ ਕਨਫਰਮ ਨਹੀਂ ਹੈਗਾ ਬਿਲਕੁਲ। ਐਂਡ ਇਹ ਬੜੇ ਠੰਡੇ ਸੁਭਾਅ ਦੇ ਹੈ, ਕਾਲੇ ਨਹੀਂ ਪੈਂਦੇ, ਭਾਵੇਂ 15 ਟੇਕ ਹੋ ਜਾਣ ਰਮਾਨ ਨਾਲ ਚੱਲਦਾ ਕੰਮ, ਵੀ ਹੌਸਲੇ ਨਾਲ ਕਰ ਲਓ, ਪਰ ਚਾਹੀਦਾ ਇੱਦਾਂ ਦਾ ਹੀ ਆ, ਜੋ ਇਹਨਾਂ ਦਾ ਟੀਚਾ ਹੁੰਦਾ, ਏਮ ਹੁੰਦਾ ਕਰਾਉਣਾ ਇਹਨਾਂ ਉਹੀ ਆ, ਉਹ 5 ਟੇਕ ਲੈ ਲਓ, 7 ਲੈ ਲਓ, 10 ਲੈ ਲਓ, ਠੰਡੇ ਸੁਭਾਅ ਨਾਲ ਕਰਵਾਈ ਜਾਂਦੇ ਆ, ਕਾਲੇ ਨਹੀਂ ਪੈਂਦੇ, ਅਤੇ ਮੇਕਿੰਗ ਦਾ ਤਰੀਕਾ ਹੀ ਇਹ ਹੁੰਦਾ ਆ, ਤੱਤਾ ਬੰਦਾ ਜਿਹੜਾ ਸੁਭਾਅ ਦਾ ਹੁੰਦਾ ਹੈ ਨਾ, ਉਹ ਡਾਇਰੈਕਸ਼ਨ 'ਚ ਘੱਟ ਹੁੰਦਾ ਆ ਆਲਵੇਜ਼, ਕੋਈ ਹੋਰ ਵੀ ਜਿਹੜੇ ਆ ਬਹੁਤ ਘੱਟ ਹੁੰਦੇ ਆ, ਇਹ ਠੰਡੇ ਤਰੀਕੇ ਨਾਲ ਚੱਲ ਸਕਦੀ, ਕਿਉਂਕਿ ਤੁਸੀਂ ਹਾਈਪਰ ਹੋ ਜਾਓਗੇ, ਆਰਟਿਸਟ ਨਰਵਸ ਹੋ ਗਿਆ ਤਾਂ ਪਤਾ ਨਹੀਂ ਮੁੜ ਕੇ ਉਹ ਮੂਡ 'ਚ ਆਉਣ ਲਈ ਉਹਨੂੰ 2 ਘੰਟੇ ਲੱਗ ਜਾਣ, 4 ਲੱਗ ਜਾਣ, ਸੋ ਤਾਂ ਕਰਕੇ ਠੰਡੇ ਤਰੀਕੇ ਨਾਲ ਚੱਲਦੀ, ਔਰ ਇਹ ਤਾਂ ਬਹੁਤ ਠੰਡੇ ਸੁਭਾਅ ਦੇ ਨੇ, ਔਰ ਇਹਨਾਂ ਦੇ ਨਾਲ ਮੇਰਾ ਜਿਹੜਾ ਐਕਸਪੀਰੀਅੰਸ ਉਹ ਬਹੁਤ ਵਧੀਆ ਹੈ। ਸੋ ਸਿਮਰਨ ਜੀ, ਡੈਬਿਊਟਾਂਟਸ ਵੀ ਹੈਗੇ ਆ, ਬਹੁਤ ਸਾਰੇ ਐਕਸਪੀਰੀਅੰਸ ਲੋਕ ਵੀ ਹੈਗੇ ਆ ਤੁਹਾਡੀ ਫਿਲਮ ਦੀ ਕਾਸਟ ਵਿੱਚ, ਹੈ ਨਾ, ਜਿਵੇਂ ਕਿ ਆਪਾਂ ਦੇਖ ਰਹੇ ਹਾਂ, ਤਾਂ ਇੱਕ ਜਦੋਂ ਡੈਬਿਊਟਾਂਟ ਹੁੰਦਾ ਹੈ ਨਾ, ਉਹਨੂੰ ਦੱਸਣਾ ਵੀ ਇੱਦਾਂ ਨਹੀਂ ਇੱਦਾਂ ਐਕਟ ਕਰਨਾ, ਕਿੰਨਾ ਔਖਾ ਰਿਹਾ ਤੁਹਾਡੇ ਲਈ ਜਾਂ ਕਿੰਨਾ ਆਸਾਨ ਸੀਗਾ? ਸਭ ਤੋਂ ਵੱਡੀ ਗੱਲ ਹੁੰਦੀ ਹੈ ਵੀ ਜਿਹੜਾ ਬੰਦਾ, ਚਾਹੇ ਉਹ ਪਹਿਲੀ ਵਾਰ ਆ ਰਿਹਾ, ਉਹਦੇ ਅੰਦਰ ਦੀ ਲਗਨ, ਜੇ ਉਹਦੇ ਅੰਦਰ ਲਗਨ ਹੈਗੀ ਆ ਤਾਂ ਫਿਰ ਉਹ ਕਰ ਜਾਏਗਾ। ਹੁਣ ਕੀ ਹੈ, ਦਿਲਰਾਜ ਦੇ ਅੰਦਰ ਵੀ ਲਗਨ ਸੀ, ਜੰਨਤ ਦੇ ਅੰਦਰ ਵੀ ਹੈਗੀ, ਜੰਨਤ ਤਾਂ ਖੈਰ ਪਹਿਲਾਂ ਹੀ ਬਹੁਤ ਕੰਮ ਕੀਤੇ ਹੋਏ, ਉਹਨੂੰ ਬਹੁਤ ਸਮਝ, ਦਿਲਰਾਜ ਦੇ ਅੰਦਰ ਗਾਣੇ ਕੀਤੇ ਸੀ ਪਰ ਫਿਲਮਾਂ ਦਾ ਨਹੀਂ ਐਕਸਪੀਰੀਅੰਸ ਸੀ, ਉਹਨੂੰ ਲਗਨ ਸੀ, ਔਰ ਇਹ ਪਰਸਨਲੀ
इन्हां नूं दीदार जी उन्हां नूं पता वा और डेढ़ महीना उन्हें जिहड़ा वा वर्कशॉप की प्रॉपर सीना ते टाइम लाया ते स्पैशली फोन करके मेरे ख्याल परसनली भी इन्हां नूं फोन कर दिंदा होना कि आयो जी आपां ला लईए टाइम जिहड़ा उन्हें पहला लाया वा उहदे नूं थोड़ा जिहा झाका लत गया और उहनूं फिल्म दी करैक्टर दा थोड़ा पता लग गया भी मैनूं इदां करना वा ते वड्डी गल इह सी सिखण दी जिहड़ी भावना सी ਉਹ ਭਾਵਨਾ ਨੇ ਉੱਤੋਂ ਫਿਲਮ ਕਰਾਈ ਆ ਤਾਂ ਉਹ ਤੁਸੀਂ ਫਿਲਮ ਦੇਖ ਕੇ ਤੁਸੀਂ ਦੇਖ ਕੇ ਇੱਦਾਂ ਨਹੀਂ ਕਹਿ ਸਕਦੇ ਵੀ ਉਹਦੀ ਪਹਿਲੀ ਫਿਲਮ ਹੈ ਉਹਨੇ ਬਹੁਤ ਵਧੀਆ ਕੰਮ ਕੀਤਾ ਅਤੇ ਡੈਫੀਨੇਟਲੀ ਮੈਨੂੰ ਲੱਗਦਾ ਹੈ ਕਿ ਲੋਕ ਵੀ ਕਾਫੀ ਜ਼ਿਆਦਾ ਐਕਸਾਈਟਡ ਹੋਣਗੇ ਇਸ ਫਿਲਮ ਨੂੰ ਦੇਖਣ ਦੇ ਲਈ ਕਿਉਂਕਿ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਕਿ ਟਾਈਟਲ ਕਾਫੀ ਜ਼ਿਆਦਾ ਇੰਟਰਸਟਿੰਗ ਹੈ ਅਤੇ ਜਾਣ ਤੋਂ ਪਹਿਲਾਂ ਆਡੀਅੰਸ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਆਪਣੇ ਸ਼ਬਦਾਂ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਮਤਲਬ ਇਹ ਟਾਈਟਲ ਇੱਦਾਂ ਨਹੀਂ ਵੀ ਆਹ ਟਾਈਟਲ ਰੱਖ ਲਓ ਤਾਂ ਸਟੋਰੀ ਕੋਈ ਹੋ ਰਹੀ ਆ ਇਹ ਇੱਦਾਂ ਦੀ ਫਿਲਮ ਨਹੀਂ ਹੈਗੀ ਇਹ ਜਿਹੜੀ ਸਟੋਰੀ ਆ ਜਿਹੜੀ ਕਹਾਣੀ ਆ ਉਹਦੇ ਵਿੱਚੋਂ ਉਪਜਿਆ ਹੋਇਆ ਟਾਈਟਲ ਆ ਮਤਲਬ ਜੇ ਫਿਲਮ ਦਾ ਇਹ ਟਾਈਟਲ ਨਾ ਹੁੰਦਾ ਤਾਂ ਫਿਲਮ ਮੇਰੇ ਖਿਆਲ ਨਾਲ ਹੋਰ ਕੋਈ ਟਾਈਟਲ ਹੋ ਨਹੀਂ ਸਕਦਾ ਕਿਉਂਕਿ ਫਿਲਮ ਦੇ ਵਿੱਚੋਂ ਨਿਕਲਿਆ ਹੋਇਆ ਟਾਈਟਲ ਕਹਾਣੀ ਦੇ ਵਿੱਚੋਂ ਨਿਕਲਿਆ ਹੋਇਆ ਟਾਈਟਲ ਇਹ ਨਹੀਂ ਵੀ ਟਾਈਟਲ ਐਵੇਂ ਹੀ ਇਹ ਟਾਈਟਲ ਰੱਖ ਲਓ ਕਹਾਣੀ ਕੋਈ ਮਰਜ਼ੀ ਹੋਵੇ ਮੇਰੀਆਂ ਜਿੰਨੀਆਂ ਵੀ ਫਿਲਮਾਂ ਹੁਣ ਤੱਕ ਆਈਆਂ ਉਹ ਕਹਾਣੀ ਨਾਲ ਰਿਲੇਟਡ ਟਾਈਟਲ ਹੋਏਗਾ ਅਤੇ ਇਹ ਵੀ ਉਸ ਤਰ੍ਹਾਂ ਦਾ ਹੀ ਆ ਔਰ ਜਿਹੜਾ ਮੈਂ ਦਰਸ਼ਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਮੈਂ ਚਾਹੁੰਦਾ ਕਿ ਪੰਜਾਬੀ ਜਿਹੜਾ ਸਿਨੇਮਾ ਵਾ ਸਾਡਾ ਪੰਜਾਬੀ ਸਿਨੇਮਾ ਵਾ ਉਹਨੂੰ ਪੰਜਾਬੀ ਮਿਊਜ਼ਿਕ ਨੂੰ ਬਹੁਤ ਸਾਰੇ ਲੋਕ ਪਿਆਰ ਕਰਦੇ ਪੰਜਾਬੀ ਸਿਨੇਮਾ ਨੂੰ ਬਹੁਤ ਸਾਰੇ ਪਿਆਰ ਕਰਦੇ ਆ ਤੁਸੀਂ ਅਗਰ ਨਵੇਂ ਬੰਦਿਆਂ ਨੂੰ ਮੌਕਾ ਦਿਓਗੇ ਨਾ ਤਾਂ ਸਿਨੇਮਾ ਸਾਡਾ ਬਹੁਤ ਅੱਗੇ ਜਾ ਸਕਦਾ ਬਹੁਤ ਉੱਪਰ ਜਾ ਸਕਦਾ ਅਸੀਂ ਲੋਕਾਂ ਦੀਆਂ ਫਿਲਮਾਂ ਦੀਆਂ ਗੱਲਾਂ ਕਰਦੇ ਹਾਂ ਸਾਊਥ ਦੀਆਂ ਫਿਲਮਾਂ ਦੀਆਂ ਗੱਲਾਂ ਕਰਦੇ ਹਾਂ ਅਤੇ ਮੈਂ ਚਾਹੁੰਦਾ ਕਿ ਆਪਾਂ ਜੇ ਨਵਿਆਂ ਨੂੰ ਮੌਕਾ ਦੇਵਾਂਗੇ ਨਵੀਆਂ ਕਹਾਣੀਆਂ ਨੂੰ ਮੌਕਾ ਦੇਵਾਂਗੇ ਸਿਨੇਮੇ ਤੁਸੀਂ ਸਾਥ ਦਿਓਗੇ ਤਾਂ ਸਾਡੇ ਸਿਨੇਮੇ ਦੀਆਂ ਵੀ ਫਿਰ ਵਰਲਡ 'ਚ ਗੱਲਾਂ ਹੋਣਗੀਆਂ ਅਤੇ ਹੋ ਵੀ ਰਹੀਆਂ ਨੇ ਅਤੇ ਤੁਸੀਂ ਜ਼ਰੂਰ ਫਿਲਮ ਦੇਖਣ ਆਇਓ ਕੁਲਚੇ ਛੋਲੇ ਤੁਸੀਂ ਜਿੱਦਾਂ ਖਾ ਕੇ ਸਵਾਦ ਲੈਂਦੇ ਹੋ ਫਿਲਮ ਦੇਖ ਕੇ ਵੀ ਸਵਾਦ ਲਓਗੇ ਔਰ ਸਾਡੀ ਇਹੀ ਅਪੀਲ ਹੈ ਕਿ ਤੁਸੀਂ ਫਿਲਮ ਦੇਖਣ ਜ਼ਰੂਰ ਆਇਓ ਸਾਰੇ ਪਰਿਵਾਰ ਦੇ ਨਾਲ ਆਇਓ ਕਿਉਂਕਿ ਫਿਲਮ ਪਰਿਵਾਰਕ ਫਿਲਮ ਆ ਇਹ ਨਹੀਂ ਤੁਸੀਂ ਕਹਿ ਸਕਦੇ ਵੀ ਰਹਿਣ ਦਿੰਦੇ ਹਾਂ ਵੀ ਆਪਾਂ ਆਪਣੀ ਭੈਣ ਨਾਲ ਫਿਲਮ ਨਹੀਂ ਦੇ ਸਕਦੇ ਬਾਕੀ ਕਿਸੇ ਮੈਂਬਰ ਨਾਲ ਨਹੀਂ ਦੇ ਸਕਦੇ ਤੁਸੀਂ ਪੂਰੇ ਬੇਝਿਜਕ ਖੁੱਲ੍ਹੇ ਮਾਇੰਡ 'ਚ ਤੁਸੀਂ ਆਪਣੇ ਫੈਮਿਲੀ ਨਾਲ ਫਿਲਮ ਦੇਖ ਸਕਦੇ ਦੀਦਾਰ ਜੀ ਤੁਸੀਂ ਕੁਛ ਐਡ ਕਰਨਾ ਚਾਹੋਗੇ ਮੈਂ ਕਹਿ ਹੀ ਦਿੱਤਾ ਜੀ ਹੁੰਦਲ ਸਾਹਿਬ ਨੇ ਸਾਰਾ ਕੁਛ ਔਰ ਬਹੁਤ ਪਰਿਵਾਰਿਕ ਫਿਲਮ ਆ ਐਂਡ ਜਿੱਦਾਂ ਕੁੜੀ ਮੁੰਡਾ ਕਹਿਣ ਨੂੰ ਨਵੇਂ ਬਹੁਤ ਅੱਛੇ ਐਕਟਰ ਆ ਮੁੰਡਾ ਸਿੰਗਰ ਆ ਬੜਾ ਅੱਛਾ ਦਿਲਰਾਜ ਵਿਲਾ ਅਤੇ ਆਪਣਾ ਜੰਨਤ ਜੀ ਬਹੁਤ ਅੱਛੇ ਐਕਟਰ ਨੇ ਔਲਰੇਡੀ ਹਿੰਦੀ ਪ੍ਰੋਜੈਕਟ ਉਹਨਾਂ ਬਹੁਤ ਸਾਰੇ ਕੀਤੇ ਸੌਂਗ ਬਹੁਤ ਸਾਰੇ ਕੀਤੇ ਬਹੁਤ ਸਾਰਾ ਐਕਸਪੀਰੀਅੰਸ ਆ ਸੋ ਫਸਟ ਪੰਜਾਬੀ ਫਿਲਮ ਹੈ ਜਿਹੜੀ ਉਹ ਐਜ਼ ਏ ਹੀਰੋਨ ਅਤੇ ਹੀਰੋਨਵੀ ਆ ਅਤੇ ਇਹ ਸਾਨੂੰ ਅਸੀਂ ਸਾਥ ਦੇਵਾਂਗੇ ਆਡੀਅੰਸ ਉਹਨਾਂ ਦਾ ਸਾਥ ਦਊਗੀ ਅਤੇ ਸਿਨੇਮਾ ਜਿਹੜਾ ਪ੍ਰਫੁੱਲਿਤ ਹੋਊਗਾ ਹੈ ਨਾ ਆਪਾਂ ਰੋਜ਼ ਗੱਲਾਂ ਕਰਦੇ ਹਾਂ ਕਿ ਸਿਨੇਮਾ ਚੇਂਜ ਨਹੀਂ ਹੁੰਦਾ ਚੇਂਜ ਨਹੀਂ ਹੁੰਦਾ ਚੇਂਜ ਸਾਨੂੰ ਹੀ ਕਰਨਾ ਪੈਣਾ ਵੀ ਆਪਾਂ ਨਵੇਂ ਬੰਦਿਆਂ ਨੂੰ ਚਾਂਸ ਦੇਵਾਂਗੇ ਹੁਣ ਪ੍ਰੋਡਿਊਸਰ ਨੇ ਕੋਈ ਵੀ ਕਿਸੇ ਵੀ ਬੰਦੇ ਨੂੰ ਕੋਈ ਵੀ ਪ੍ਰੋਡਿਊਸਰ ਹੈ ਜਿਹੜਾ ਮੰਨ ਲਓ ਹੁਣ ਇਹਨਾਂ ਨੇ ਸਾਗਾ ਵਾਲਿਆਂ ਨੇ ਫਿਲਮ ਬਣਾਈ ਹੈ ਹੈ ਨਾ ਪ੍ਰੋਡਿਊਸਰ ਨੇ ਸੁਮਿਤ ਸਿੰਘ ਭਾਅ ਜੀ ਹੋਣੀ ਉਹਨਾਂ ਨਵੇਂ ਬੰਦੇ 'ਤੇ ਰਿਸਕ ਲੈ ਲਿਆ 5-7 ਕਰੋੜ ਰੁਪਈਏ ਦਾ ਮੰਨ ਲਓ ਅਤੇ ਜੇ ਆਡੀਅੰਸ ਸਾਥ ਨਹੀਂ ਦਊਗੀ ਤਾਂ ਅੱਗੇ ਤਾਂ ਕੌਣ ਕਰੂਗਾ ਫਿਰ ਆਡੀਅੰਸ ਦਾ ਸਾਥ ਬਹੁਤ ਜ਼ਰੂਰੀ ਆ ਸਿਨੇਮਾ ਚੇਂਜ ਕਰਨ 'ਚ ਜਿਹੜੀਆਂ ਆਪਾਂ ਗੱਲਾਂ ਕਰਦੇ ਘਰਾਂ ਵੀ ਚੇਂਜ ਹੋਣਾ ਚਾਹੀਦਾ ਉਹ ਇਸ ਤਰ੍ਹਾਂ ਹੀ ਚੇਂਜ ਹੋਣਾ ਆ ਸੋ ਇਹ ਪਰਿਵਾਰਾਂ ਦੇ ਨਾਲ ਆਪਦਿਆਂ ਦੇ ਫਿਲਮ ਵੇਖਣਾ ਉਹ ਬਹੁਤ ਸੋਹਣੀ ਫਿਲਮ ਹੈ ਔਰ ਤੁਹਾਨੂੰ ਪਸੰਦ ਆਊਗੀ ਜੀ ਬਿਲਕੁਲ ਇੰਤਜ਼ਾਰ ਰਹੇਗਾ ਇਸ ਫਿਲਮ ਦਾ ਅਤੇ ਉਦੋਂ ਤੱਕ ਦੇ ਲਈ ਤੁਹਾਡੀ ਪੂਰੀ ਟੀਮ ਨੂੰ ਆਲ ਦ ਬੈਸਟ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸੋ ਮਚ